ਕਿੰਨੇ ਦੀ ਹੋਈ ਟਿਕਟ ਫਿਰ? $600 $600 ਦੀ ਪੂਰਾ ਜਿਮ ਸ਼ਿਮ ਲੱਗਦਾ, ਸੇਮ ਸੇਮ ਲਾ ਲਈਦਾ ਫੇਰ ਇੱਕ ਵਜੇ। ਜਸ ਕੋਲ ਮੂਵ ਹੋ ਰਹੇ ਆ ਹੁਣ, ਫੇਰ ਦੁਬਾਰਾ ਸਮਾਨ ਲੈ ਕੇ ਆਏ ਆ ਗੱਡੀ 'ਚੋਂ, ਉੱਧਰ ਲਿਆਂਦਾ। ਉਦੋਂ ਅਦਮ ਵੀ ਆ ਗਿਆ ਦੇਖੋ, ਪੂਰੀ ਹੈਲਪ ਕਰਾ ਰਿਹਾ ਆਪਣੇ ਵੱਲੋਂ ਤਾਂ, ਪੂਰੀ ਕਰੀ ਕਿਤੇ ਜਾ ਕੇ ਬਹਿੰਦਾ, ਕਰੀ ਕਿਤੇ ਜਾ ਕੇ ਬਹਿੰਦਾ। ਕਿੰਨੇ ਦੀ ਹੋਈ ਟਿਕਟ ਫਿਰ? $600 ਦੀ। ਮੁੰਡੇ ਸਿੱਧਾ ਕ੍ਰਾਈਸਟ ਚਰਚ ਜਾਣਗੇ, ਕ੍ਰਾਈਸਟ ਚਰਚ ਤੋਂ ਬਾਅਦ ਹੈਗਾ ਆ ਪਲਾਨ ਕੁਈਨਸ ਟਾਊਨ ਜਾਣ ਦਾ। ਕਿੱਦਾਂ ਫਿਰ ਮੁੰਡਿਓ, ਐਕਸਾਈਟਡ ਆ? ਮੈਂ ਜਾਇਆ ਕਰੀ, ਬਹੁਤ ਸੋਹਣੀ ਥਾਂ ਆ, ਜੰਨਤ ਆ, ਦੁਨੀਆਂ ਦੀ ਸਭ ਤੋਂ ਸੋਹਣੀ ਥਾਂ ਆ ਕੁਈਨਸ ਟਾਊਨ। ਕੀ ਕਰਨ ਦਾ ਤੁਸੀਂ ਸੋਚਿਆ ਉੱਥੇ? ਅੱਜ ਕਿਉਂ ਪਾਉਂਦੇ ਫਿਰ? ਤੈਨੂੰ ਦੋ ਹਫ਼ਤੇ ਹੋ ਗਿਆ, ਪਹਿਲਾਂ ਕਹਿੰਦਾ ਜਾਣਾ ਜਾਣਾ ਜਾਣਾ, ਅੱਜ ਹੁਣ ਦਿਨ ਮਹੀਂ ਚੜਿਆ ਭਾਗਾਂ ਟਿਊਜ਼ਡੇ, ਤੇ ਤੂੰ ਕਹਿੰਦਾ ਨਹੀਂ ਜਾਣਾ। ਫਲਾਉਣਾ ਹੀ ਨੀ ਆਪਾਂ ਇੱਕ ਦਿਨ ਚ, ਤੇਰਾ ਮਸਲਾ ਕਿਤੇ ਬਹੁਤ ਫੁੱਲ ਜਾਣਾ। ਚੱਲ ਚੱਲੀਏ, ਮੇਰਾ ਸਾਡੇ ਉਹ ਉੱਥੇ ਹੈਗਾ ਨਾ ਦੂਜਾ ਪੰਡਤ ਆ, ਬੁੱਧਵਾਰ ਸ਼ੁਰੂ ਹੋ ਜਾਣਾ ਰਾਤ ਨੂੰ, ਬੁੱਧਵਾਰ ਕੱਲ ਆ, ਬੁੱਧ ਕੰਮ ਸ਼ੁੱਧ ਤੇ ਮੰਗਲ ਕੰਮ, ਮੰਗਲ ਦਾ ਨੀ ਪਤਾ, ਮੰਗਲ ਕੰਮ ਮੰਗਲ, ਹਾਂ ਮੰਗਲ ਕੰਮ ਮੰਗਲ। ਵਧੀਆ ਫਿਰ ਚੱਲੀਏ, ਆ ਜਾ ਚੱਲੀਏ, ਤੂੰ ਆ ਚੱਲੀਏ, ਕੱਲ ਵੀ ਬਹਾਨੇ ਨੀ, ਕੱਲ ਨੂੰ ਜਾਣਾ ਕਹਿੰਦਾ, ਮੰਡੇ ਵੀ ਨੀ ਜਾਣਾ, ਕੱਲ ਨੂੰ ਜਾਵਾਂਗੇ। ਮੇਰੇ ਬੂਟ ਰਹਿ ਗਏ ਘਰੇ, ਤੇ ਬੂਟ ਹੈਗੇ ਤੇ ਤੂੰ ਲੈ ਕੇ ਆਇਆ ਟਰੱਕ, ਕੱਪੜੇ ਵੀ ਰਹਿ ਗਏ ਮਾਮਾ, ਕੱਪੜੇ ਵੀ ਹੈ ਨੀ ਗੇ, ਹਾਂ ਰਿਹਾ ਜਿਦਾਂ ਦਵੇਟੀ ਆ, ਮੀਂਹ ਆ ਗਿਆ ਉਹਦੇ, ਤੂੰ ਮੈਨੂੰ ਗਿੱਲਾ ਕਰੀ ਜਾਣੇ, ਚੱਲ ਫਿਰ ਮੈਂ ਹੁਣ ਚੱਲਿਆ ਆ, ਤੇ ਤੂੰ ਆ ਜਾਈ ਚੁੱਪ ਕਰਕੇ ਹੁਣ, ਨਹੀਂ ਨਹੀਂ ਹੁਣੇ ਆ ਜਾ, ਨਹੀਂ ਨਹੀਂ ਦੋ ਹਫ਼ਤੇ ਹੋ ਗਿਆ ਮੈਨੂੰ ਲਾਰੇ ਲਾਉਂਦੇ ਨੂੰ, ਇਹਨੂੰ ਵੀ ਨਹੀਂ ਮੈਂ ਆਉਣਾ ਨੀ, ਜਿਮ ਨੀ ਆਉਂਦਾ। ਜਿਮ ਆ ਗਿਆ ਜੀ, ਸ਼ੋਲਡਰ ਲਾ ਰਹੇ ਆ, ਨਾਲ ਮਨਦੀਪ ਆ ਗਿਆ, ਮਨਦੀਪ ਨੇ ਲੜਨਾ ਕੰਪੀਟੀਸ਼ਨ, ਤੇ ਇਹਦੇ ਬਹਾਨੇ ਫਿਰ ਮੇਰੀ ਵੀ ਪੂਰੀ ਡਾਇਟ ਫੋਲੋ ਹੁੰਦੀ, ਨਾਲ ਪੂਰਾ ਜਿਮ ਸ਼ਿਮ ਲੱਗਦਾ, ਸੇਮ ਸੇਮ ਲਾ ਲਈਦਾ ਫਿਰ ਇੱਕ ਵਜੇ ਰਲ ਜੀਦਾ, ਅਤੇ ਫਿਰ ਇੱਕ ਦੂਜੇ ਨੂੰ ਪੁਸ਼ ਹੋ ਜਾਂਦਾ, ਨਹੀਂ ਤਾਂ ਬੰਦਾ ਫਿਰ ਇਕੱਲਾ ਲੱਗੇ ਜਿਹੜੀ, ਪਹਿਲਾਂ ਮੈਂ ਇਕੱਲਾ ਲਾਉਂਦਾ ਹੁੰਦਾ, ਫਿਰ ਇਕੱਲੇ ਨਾਲ ਪੁਸ਼ ਨਹੀਂ ਹੁੰਦਾ ਹੁੰਦਾ ਜੀ। ਬਾਕੀ ਐਨੀਵੇਜ ਹੁਣ ਆਪਾਂ ਜਿਮ ਜੁਮ ਲਾ ਕੇ ਚੱਲਦੇ ਹਾਂ ਜੀ ਘਰ ਨੂੰ, ਅਤੇ ਅੱਜ ਆਪਾਂ ਸਮਾਨ ਮੂਵ ਕਰਨਾ ਜੱਸ ਦੇ ਘਰ, ਅਕੋਮੋਡੇਸ਼ਨ ਇੱਥੇ ਹੁਣ ਪੱਕੇ ਰਵਾਂਗੇ। ਬੈਕ ਟੂ ਦਾ ਬੇਸਿਕਸ ਆ ਗਏ ਅਸੀਂ, ਜੱਸੀ ਕੋਲ ਆ ਗਏ, ਜੱਸੀ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਸਾਨੂੰ ਵਾਪਸ ਲਿਆ ਕੇ? ਬਹੁਤ ਵਧੀਆ, ਹੋਰ ਗਿਆ ਸਿੱਧਾ ਕਮਰੇ 'ਚ, ਉਹਨੂੰ ਪਤਾ ਵੀ ਇਸੇ ਕਮਰੇ 'ਚ ਜਾਣਾ ਆਪਾਂ। ਲੈ ਡੋਰ ਨਹੀਂ ਬੰਦ ਕਰਨੀ, ਕੁੰਡੀ ਪੜ ਦੇਣੀ ਹੈ ਸਾਲੀ, ਕੁੰਡੀ ਉਹ ਪੜ ਦੇਣੀ, ਕਹਿੰਦਾ ਪਹਿਲਾਂ ਦੇਖ ਝਾਕਦਾ ਵੀ ਸਹੀ ਵੀ ਯਾਰ ਉਹ ਮੂਵ ਹੋਣ ਲਈ, ਹੁਣ ਉੱਧਰ ਤਾਂ ਦੇਖੀ ਕਿੱਦਾਂ, ਉੱਧਰਲੇ ਪਾਸੇ ਮੈਨੂੰ ਜਾਣਾ ਦੇ ਪੁੱਤ, ਚੱਲ ਉਸਲੇ ਆਪਾਂ ਕਰਦਾ, ਉਹ ਤੋਂ ਇੱਥੋਂ ਮੈਂ ਖਤਰਨਾਕ ਆ ਕੰਮ ਕੋਰਨਰ ਚ, ਜਸ ਕੋਲ ਮੂਵ ਹੋ ਰਹੇ ਆ ਹੁਣ, ਫੇਰ ਦੁਬਾਰਾ ਸਮਾਨ ਲੈ ਕੇ ਆਏ ਆ ਗੱਡੀ 'ਚ, ਉਹ ਉੱਧਰ ਲਿਆਂਦਾ। ਚਾਹ ਆਦਮ
ਸਮਾਨ ਚੁੱਕ ਕੇ ਲਿਆਈਏ ਆਪਾਂ ਸਮਾਨ ਲੈ ਆਈਏ। ਉਹ ਬਣਿਆ ਉਹ ਆਂਟੀ ਬੈਠੀ ਆ ਦਾਦੀ ਕੋ ਮੈਂ ਸਮਾਨ ਲੈ ਆਇਆ ਅਸੀਂ ਅਲਮਾਰੀਆਂ ਅਲਮੂਰੀਆਂ ਬਾਕੀ ਟਿਕਾਉਂਦੇ ਹੁਣ ਜਾ ਕੇ ਹੌਲੀ ਹੌਲੀ। ਕੱਦੂ ਰਾਮ ਬੈਰੀਕੇਡ ਟੱਪਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਕਰਦਾ ਸੀ ਲਓ ਜੀ ਸਮਾਨ ਕੱਢ ਲਿਫਾਫਿਆਂ ਦੇ ਵਿੱਚੋਂ ਅਤੇ ਟਿਕਾਉਣ ਲੱਗ ਪਿਆ ਅਲਮਾਰੀਆਂ ਦੇ ਵਿੱਚ ਤਾਂ ਉਦੋਂ ਅਦਮ ਵੀ ਆ ਗਿਆ ਦੇਖੋ ਪੂਰੀ ਹੈਲਪ ਕਰਾ ਰਿਹਾ ਆਪਣੇ ਵੱਲੋਂ ਤਾਂ ਪੂਰੀ ਕਰੀ ਕਿਤੇ ਜਾ ਕੇ ਬਹਿੰਦਾ ਕਰੀ ਕਿਤੇ ਜਾ ਕੇ ਬਹਿੰਦਾ ਬਸ ਜੀ ਹਾਂਜੀ ਇਹ ਹੁਣ ਸਮਾਨ ਸਮੂਨ ਟਿਕਾਉਂਦੇ ਹਾਂ ਫਿਰ ਖਾਣਾ ਪੀਣਾ ਖਾਂਦੇ ਹਾਂ ਕੁਛ ਨਾਲੇ ਅਦਮ ਨੂੰ ਫੀਡ ਕਰਾਉਂਦੇ ਹਾਂ। ਛੋਟੇ ਜਿਆਦਾ ਛੋਟੇ ਨਿਆਣੇ ਨੂੰ ਆਪਾਂ ਲਾ ਦਈਏ
I love you. ਉਹ ਵੇਟ ਕਰਦਾ ਦੇਖਦਾ ਮੇਰੇ ਵੱਲ ਦੇਖਦਾ ਵੀ ਹੁਣ ਅੱਗੇ ਅਗਲਾ ਵਰਡ ਕਦੋਂ ਬੋਲੂਗਾ. Can you say dada? Can you see daddy? Can you see daddy? Can you see daddy? ਸ਼ਹਿਰ ਸਪਾਟੇ ਤੇ ਨਿਕਲੇ ਗੱਭਰੂ ਹਵਾ ਚੱਲਦੀ ਠੰਡੀ 15-16 ਡਿਗਰੀ ਹੋਣਾ ਟੈਂਪਰੇਚਰ ਹਨਾ. ਕਿੱਦਾਂ ਲੱਗਾ ਨਾਲ? ਹਲੇ ਡਰ ਡਰ ਕੇ ਬੈਠਾ ਆ. ਇੱਕ ਪੀਂਘ ਲਵਾ ਲਾ ਘਰੇ. ਹਾਲ ਦੇਖੀ ਧੋਣ ਤੇ ਸਿਰ ਤੇ ਏਦਾਂ ਸਿੱਟਿਆ ਜਿਹੜਾ ਬੜਾ 24 ਘੰਟੇ ਟਰੱਕ ਚਲਾ ਕੇ ਆਇਆ ਹੁੰਦਾ. ਹੁਣ ਟਰੱਕ ਚਲਾ ਕੇ ਆਇਆ, ਦੁੱਧ ਤੇ ਪੀਤਾ ਆ, ਡਾਈਪਰ ਚੇਂਜ ਹੋਇਆ ਆ. ਉਹ ਡਿਸਟਰਬ ਕਰਤਾ ਕਿਸੇ ਨੇ ਇਹਨੂੰ? ਨਹੀਂ ਨਹੀਂ, ਸੋ ਜਾ. ਪੁੱਛਣਾ ਨਿਊਜ਼ੀਲੈਂਡ ਆ ਕੇ ਖੁਸ਼ ਆ ਆਂਟੀ ਤੋਂ ਪੁੱਛਣਾ. ਆਂਟੀ ਝੂਟੇ ਲੈਂਦੇ ਦੱਸੋ ਕਿ ਬਿਆਨ ਦੋ. ਟੀਮ ਦੀ ਡਲੀ ਗਈ. ਟੀਮ ਦੀ ਡਲੀ ਫੁਰ ਗਈ ਬਸ, ਔਰ ਅੱਖਾਂ ਬੰਦ ਕਰ ਲਈਆਂ ਨੇ. ਹਾਂਜੀ ਚੰਗਾ ਜੀ, ਬਾਏ ਬਾਏ. ਡੈਡੀ ਵੱਲੋਂ ਵੀ ਤੁਹਾਨੂੰ ਆਈ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਲਾਈਕ ਸਬਸਕ੍ਰਾਈਬ ਤੁਸੀਂ ਕਰ ਲਿਓ. ਸੀ ਯੂ ਗਾਇਜ਼ ਨੈਕਸਟ ਟਾਈਮ. ਬਾਏ ਫੋਰ ਨਾਓ.